ਲਾਲੀ ਬਟਾਲੇ ਵੱਲੋਂ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਪੰਜਾਬੀ ਜੰਗ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਕਹਿਣਾ ਚਾਹੁੰਦਾ ਕਿ ਇਸ ਵੀਡੀਓ ਨੂੰ ਤੁਸੀਂ ਸੁਣ ਕੇ ਅਤੇ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਓ ਅਤੇ ਵੀਡੀਓ ਨੂੰ ਸ਼ੁਰੂ ਤੋਂ ਲਾ ਕੇ ਐਂਡ ਤੱਕ ਜ਼ਰੂਰ ਸੁਣਿਓ। ਸੋ ਬਹੁਤ ਹੀ ਮੰਦਭਾਗੀ ਖਬਰ ਆ ਕਿ ਮਲੇਸ਼ੀਆ ਦੇ ਵਿੱਚ ਇੱਕ ਪੰਜਾਬਣ ਕੁੜੀ ਨੇ 22 ਸਾਲ ਦੀ ਆ ਜਿਹਨੇ ਵੀਰਿਓ ਲਾਈਵ ਹੋ ਕੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਬਹੁਤ ਹੀ ਮੰਦਭਾਗੀ ਖਬਰ ਆ ਅਤੇ ਕਾਰਨ ਸੁਣ ਕੇ ਵੀਰਿਓ ਤੁਸੀਂ ਵੀ ਹੈਰਾਨ ਹੋ ਜਾ ਕੇ ਚੱਲਦੀ ਵੀਡੀਓ ਨੂੰ ਅੱਗ ਵਾਂਗੂ ਸ਼ੇਅਰ ਕਰ ਦਿਓ। ਕਾਰਨ ਕੀ ਬਣਿਆ ਵੀ ਕੁੜੀ ਪਤਾ ਨਹੀਂ ਵੀ ਸੱਚੀ ਕਿ ਝੂਠੀ ਹੀ ਨੇ ਕਿੱਦਾਂ ਹੀ ਕਿ ਦੋ ਸਿਰ ਫਿਰਿਆ ਮੁੰਡਿਆਂ ਨੇ ਉਸ ਕੁੜੀ ਦੀਆਂ ਕੁਝ ਉਹਦੇ ਕੋਲ ਫੋਟੋਆਂ ਹੋਣਗੀਆਂ। ਚਲੋ ਪਹਿਲੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਕੋਲ ਗਲਤੀ ਹੋ ਜਾਂਦੀ ਆ ਅਤੇ ਵੀਰਿਓ ਉਹ ਫੋਟੋਆਂ ਮੁੰਡਿਆਂ ਨੇ ਸਾਂਭ ਕੇ ਰੱਖੀਆਂ ਅਤੇ ਇੰਡੀਆ ਵਿੱਚ ਵੀ ਕਹਿੰਦੇ ਵੀ ਉਸ ਕੁੜੀ ਨੂੰ ਮੁੰਡੇ ਦੋਵੇਂ ਤੰਗ ਪਰੇਸ਼ਾਨ ਕਰਦੇ ਸੀਗੇ ਅਤੇ ਘਰਦਿਆਂ ਨੇ ਦੁਖੀ ਹੋ ਕੇ ਕੁੜੀ ਨੂੰ ਮਲੇਸ਼ੀਆ ਭੇਜਤਾ ਕਿ ਚਲੋ ਉਹਦੀ ਜ਼ਿੰਦਗੀ ਬਚ ਜੇ ਸੁਧਰ ਜੇ। ਪਰ ਜਿਹੜੀ ਗੱਲ ਦਾ ਡਰ ਉਹਦੇ ਘਰਦਿਆਂ ਨੂੰ ਹੀ ਉਹ ਵੀਰਿਓ ਗੱਲ ਸਾਹਮਣੇ ਆਈ। ਮੈਂ ਕਹਿੰਦਾ ਨਾ ਵੀ ਕੁੜੀਆਂ ਲੋਕ ਜੰਮਣ ਤੋਂ ਕਿਉਂ ਡਰਦੇ ਆ ਜਾਂ ਕੁੜੀਆਂ ਕੁੱਖਾਂ 'ਚੋਂ ਕਿਉਂ ਮਰਦੀਆਂ। ਸਭ ਤੋਂ ਵੱਡਾ ਰੀਜ਼ਨ ਅੱਜ ਸਾਹਮਣੇ ਵੇਖ ਲਓ ਤੁਹਾਡੇ ਆ ਗਿਆ ਹੈ ਨਾ। ਕੁੜੀ ਨੇ ਦੁਖੀ ਹੋ ਕੇ ਉਹਨਾਂ ਦੋਵਾਂ ਮੁੰਡਿਆਂ ਤੋਂ ਆਪਣੀ ਜੀਵਨ ਲੀਲਾ ਖਤਮ ਕਰ ਲਈ। ਬਹੁਤ ਹੀ ਮੰਦਭਾਗੀ ਖਬਰ ਆ ਦੋਸਤੋ। ਬਹੁਤ ਸਾਰੇ ਸੱਜਣ ਮਿੱਤਰ ਮਲੇਸ਼ੀਆ ਤੋਂ ਜਿਹੜੇ ਸਾਡੇ ਪੰਜਾਬੀ ਪੈਰਸ ਗਰੁੱਪ 'ਤੇ ਮੈਸੇਜ ਕਰ ਰਹੇ ਆ, ਬਾਈ ਇਹਦੇ ਬਾਰੇ ਜ਼ਿਕਰ ਕਰੋ ਵੀ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ। ਅੱਛਾ ਹੁਣ ਵੀਰਿਓ ਗੱਲ ਸੁਣੋ, ਰੱਬ ਦੀ ਬਣਾਈ ਹੋਈ ਇਹ ਕਾਇਨਾਤ ਆ ਜਿਹਦੇ ਵਿੱਚ ਕੁੜੀਆਂ ਨੂੰ ਜੀਣ ਦਾ ਹੱਕ ਆ, ਮੁੰਡਿਆਂ ਨੂੰ ਜੀਣ ਦਾ ਹੱਕ ਆ। ਮੈਂ ਮੰਨਦਾ ਕਿ ਜਦੋਂ ਜੰਗ ਕੁੜੀਆਂ ਮੁੰਡੇ ਹੁੰਦੇ ਆ ਅਤੇ ਵੀਰਿਓ ਦੁਨੀਆਂ 'ਤੇ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਕਿ ਜਿਹਨੂੰ ਕੋਈ ਸੂਰਤ ਪਸੰਦ ਆਈ ਨਹੀਂ ਜਾਂ ਜਿਹਨੂੰ ਕਿਤੇ ਕੋਈ ਪਿਆਰ ਨਹੀਂ ਹੋਇਆ। ਕਈ ਵਾਰ ਕਿਸਮਤ ਦੇ ਵਿੱਚ ਵੀ ਇੱਦਾਂ ਹੁੰਦਾ ਕਿ ਤੁਹਾਡਾ ਰਿਸ਼ਤਾ ਅਚਾਨਚੱਕ ਹੀ ਹੋਣਾ ਜਾਂ ਤੁਹਾਡਾ ਆਉਣ ਵਾਲਾ ਟਾਈਮ ਰੱਬ ਨੇ ਪਹਿਲਾਂ ਹੀ ਲਿਖਿਆ ਹੁੰਦਾ। ਪਰ ਜਿਹੜੀ ਆਹ ਕਰਤੂਤ ਮੁੰਡੇ ਕਰਦੇ ਆ ਵੀਰੇ, ਬਹੁਤ ਹੀ ਮਾੜੀ ਗੱਲ ਆ। ਮੈਂ ਕੁੜੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਬਈ ਤੁਹਾਨੂੰ ਵੀ ਜੀਣ ਦਾ ਹੱਕ ਆ, ਮਰਨ ਨਾਲੋਂ ਚੰਗਾ ਇਹਨਾਂ ਮੁੰਡਿਆਂ ਦਾ ਡੱਟ ਕੇ ਤੁਸੀਂ ਮੁਕਾਬਲਾ ਕਰੋ। ਮਰ ਕੇ ਤਾਂ ਹੋਰ ਵੱਧ ਬੇਇੱਜ਼ਤੀ ਹੋ ਜਾਂਦੀ ਪਰਿਵਾਰ ਦੀ ਵੀ ਹਾਹਾ ਇਹਨਾਂ ਦੀ ਕੁੜੀ ਨੇ ਇੱਦਾਂ ਕਰ ਲਿਆ, ਬੜੀ ਮਾੜੀ ਸੀ, ਜੇ ਹੀ ਵੋ ਹੀ। ਜੇ ਉਹ ਹੀ ਤੁਸੀਂ ਡੱਟ ਕੇ ਮੁਕਾਬਲਾ ਕਰੋ ਨਾ ਤਾਂ ਇਹਨਾਂ ਮੁੰਡਿਆਂ ਦੀ ਜ਼ਰੂਰਤ ਨਹੀਂ ਗੀ। ਸਿਰਫ ਮੁੰਡੇ ਤੁਹਾਨੂੰ ਕਹਿੰਦੇ ਗੱਲਾਂ 'ਚ ਲਿਆ ਕੇ, ਡਰਾ ਕੇ, ਧਮਕਾ ਕੇ ਅਤੇ ਇਹੋ ਜਿਹੇ ਕੰਮ ਤੁਹਾਡੇ ਕੋਲ ਕਰਾਉਂਦੇ ਆ। ਉੱਧਰ ਮੁੰਡਿਆਂ ਨੂੰ ਵੀ ਸ਼ਰਮ ਚਾਹੀਦੀ ਆ ਕਿ ਦੋਸਤੋ ਤੁਸੀਂ ਸੋਚ ਕੇ ਵੇਖੋ, ਇੱਕ ਕੁੜੀ ਜੇ ਚਲੋ ਤੁਹਾਡੀ ਫਰੈਂਡ ਬਣੀ ਜਾਂਦੀ ਆ, ਜ਼ਿੰਦਗੀ ਵਿੱਚ ਉਹ ਗਲਤੀ ਕਰ ਹੀ ਬਹਿੰਦੀ, ਪਹਿਲਾਂ ਤਾਂ ਕਰਨੀ ਨਹੀਂ ਚਾਹੀਦੀ ਹੈ ਨਾ, ਫਿਰ ਤੁਸੀਂ ਉਹਨੂੰ ਵਿਆਹ ਦਾ ਝਾਂਸਾ ਦੇ ਕੇ ਗੱਲਾਂ 'ਚ ਲਾ ਕੇ ਫੋਟੋਆਂ ਖਿਚਾ ਲੈਂਦੇ ਹਾਂ, ਚੋਰੀ ਵੀਡੀਓ ਬਣਾ ਲੈਂਦੇ ਹਾਂ ਹੈ ਨਾ। ਚਲੋ ਜੇ ਕਿਸੇ ਗੱਲੋਂ ਕੁੜੀ ਦੇ ਮਾਪੇ ਨਹੀਂ ਮੰਨਦੇ ਉਹਦੀ ਵੀ ਮਜਬੂਰੀ ਆ, ਜਾਂ ਕੋਈ ਇਹੋ ਜਿਹਾ ਚੱਕਰ ਪੈ ਜਾਂਦਾ ਤੁਹਾਡਾ ਰਿਸ਼ਤਾ ਨਹੀਂ ਸਿਰੇ ਚੜ੍ਹਦਾ, ਕਿਉਂਕਿ 100 ਵਿੱਚੋਂ 30-40 ਰਿਸ਼ਤੇ ਹੀ ਇਹੋ ਜਿਹੇ ਸਿਰੇ ਚੜ੍ਹਦੇ ਆ, ਕਈਆਂ ਦੇ ਤਲਾਕ ਹੋ ਜਾਂਦੇ ਆ ਅਤੇ ਕਈਆਂ ਦੀ ਨਹੀਂ ਗੱਲ ਬਣਦੀ। ਪਰ ਕੁਝ ਮੁੰਡੇ ਅੱਜ ਦੇ ਨੌਜਵਾਨ ਜਿਹੜਾ ਜੰਗ ਇਸ ਗੱਲ ਨੂੰ ਸਮਝਦੇ ਆ ਵੀ ਮੇਰੀ ਕਿਸਮਤ ਹੀ ਜਾਂ ਨਹੀਂ ਇੱਦਾਂ ਹੋ ਸਕਿਆ। ਪਰ ਜਿਹੜੀ ਆਹ ਸਿਰ ਫਿਰਿਆਂ ਵਾਲੀ ਗੱਲ ਆ, ਬਹੁਤ ਹੀ ਮਾੜੀ ਗੱਲ ਆ ਵੀਰਿਓ ਕਿ ਇੱਦਾਂ ਕਿਸੇ ਦੇ ਨਾਲ ਕਰਕੇ ਅਤੇ ਕਿਸੇ ਦੀ ਜ਼ਿੰਦਗੀ ਤਬਾਹ ਕਰਤੀ ਆ। ਹੁਣ ਦੇਖੋ
ਕੁੜੀਆਂ ਨੂੰ ਬੇਨਤੀ ਕਰਦਾ, ਮੁੰਡੇ ਜਿੰਨਾ ਮਰਜ਼ੀ ਤੁਹਾਨੂੰ ਕਹਿ ਲੈਣ, ਤਾਂ ਸਾਰੇ ਮੁੰਡੇ ਪੰਜੇ ਉਂਗਲਾਂ ਇੱਕ ਨਹੀਂ ਹੁੰਦੇ, ਸਾਰੇ ਮੁੰਡੇ ਬਰਾਬਰ ਨਹੀਂ ਹੁੰਦੇ, ਪਰ ਭੈਣ ਮੇਰੀ ਉਹ ਇਹਨਾਂ ਦੀਆਂ ਗੱਲਾਂ ਵਿੱਚ ਆਣ ਕੇ ਕਦੀ ਵੀ ਕੋਈ ਗਲਤ ਵੀਡੀਓ, ਕਦੀ ਕੋਈ ਗਲਤ ਫੋਟੋ ਨਾ ਖਿਚਾਵਿਓ, ਕਿਉਂਕਿ ਸਮੇਂ ਦਾ ਕੋਈ ਨਹੀਂ ਪਤਾ ਹੁੰਦਾ ਤੁਹਾਡੇ 'ਤੇ ਕਦੋਂ ਮਾੜਾ ਟਾਈਮ ਆ ਜੇ। ਕਦੀ ਵੀ ਇਹੋ ਜਿਹਾ ਕੰਮ ਨਾ ਕਰੋ। ਜੇ ਰੱਖ ਲਓ ਜ਼ਿੰਦਗੀ ਵਿੱਚ ਤੁਹਾਡੇ ਕੋਲ ਗਲਤੀ ਹੋ ਵੀ ਜਾਂਦੀ ਮੇਰੀਆਂ ਭੈਣਾਂ ਕੋਲ, ਕਿਉਂਕਿ ਪਤਾ ਨਹੀਂ ਹੁੰਦਾ ਵੀ ਕਿਹਦੇ ਸੰਯੋਗ ਕਿਹਦੇ ਨਾਲ ਆ। ਚਲੋ ਇਹਦੇ ਕੋਈ ਸਹੁੰ ਨਹੀਂ ਖਾ ਸਕਦਾ ਵੀ ਜ਼ਿੰਦਗੀ ਵਿੱਚ ਕਿਸੇ ਨੇ ਕਿਸੇ ਨੂੰ ਪਸੰਦ ਨਹੀਂ ਕੀਤਾ ਜਾਂ ਕਿਸੇ ਕਈ ਬਹੁਤਿਆਂ ਦੇ ਵਿਆਹ ਹੋਏ, ਬਹੁਤਿਆਂ ਨੇ ਘਰ ਵਸੇ, ਇਹ ਪਰਮਾਤਮਾ ਦੀ ਲਿਖੀ ਹੋਈ ਆ, ਉਹ ਲਿਖਤਿਆ ਹੋ ਕੇ ਰਹਿਣੀ ਆ। ਫਿਰ ਦੂਜੀ ਗੱਲ ਦੇਖੋ, ਉਹ ਕੁੜੀ ਦਾ ਕੀ ਕਸੂਰ ਹੀ ਗਿਆ ਇਸ ਕਾਇਨਾਤ ਨੂੰ ਅਲਵਿਦਾ ਕਹਿ ਗਈ, ਕਿਤੇ ਉਹਨੇ ਵੀ ਕਿਸੇ ਦੀ ਭੂਆ ਬਣਨਾ, ਚਾਚੀ ਬਣਨਾ, ਤਾਈ ਬਣਨਾ, ਮਾਸੀ ਬਣਨਾ, ਰਿਸ਼ਤੇ ਖਤਮ ਕਰਕੇ ਰੱਖਤੇ, ਹੈ ਨਾ। ਮੈਂ ਭੈਣਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਦੇਖੋ ਤੁਸੀਂ ਕੁੜੀਆਂ ਜੇ, ਹੈ ਨਾ, ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਸੋ ਕੋਈ ਮੰਦਾ ਆਖੇ ਜਿੱਤ ਜਨਮੇ ਰਜਾਨ, ਮੁੰਡਿਆਂ ਨੂੰ ਸ਼ਰਮ ਚਾਹੀਦੀ ਵੀ ਇੰਨਾ ਤੁਸੀਂ ਤਸ਼ੱਦਦ ਕਾਂਡੇ ਜੇ, ਕਿ ਇੱਕ ਕਹਿ ਲਓ ਕਿ ਕੁੜੀਆਂ ਨਾਲ ਇੱਦਾਂ ਦਾ ਮਾੜਾ ਕੰਮ ਕਰਨਾ, ਆ ਜਿਹੜੀ ਕੰਧ ਸਾਹਮਣੇ ਇਹਨੂੰ ਮੁੱਕੀਆਂ ਮਾਰਨ ਵਾਲੀ ਗੱਲ, ਉਹਨੂੰ ਕੀ ਕਹਿੰਦੇ ਫਰਕ ਪੈਣਾ ਵਾ, ਉਹ ਇੱਕ ਚੁੱਪ ਬੈਠੀ ਹੋਈ ਚੀਜ਼ ਆ। ਕੁੜੀਆਂ ਦੀ ਐਡੀ ਤਗੜੀ ਮਜਬੂਰੀ ਬਣ ਜਾਂਦੀ, ਸਾਡਾ ਸਮਾਜ ਮੁੜ ਕੇ ਜੀਣ ਨਹੀਂ ਦਿੰਦਾ, ਇੰਨਾ ਮਾੜਾ ਹਾਲਾਤ ਆ, ਇੰਨੇ ਮਾੜੇ ਹਾਲਾਤ ਆ, ਕੁੜੀਆਂ 'ਤੇ ਕਦੀ ਤੇਜ਼ਾਬ ਪੈ ਜਾਂਦਾ, ਕਦੀ ਕੁੱਖਾਂ ਵਿੱਚ ਮਾਰੀਆਂ ਜਾਂਦੀਆਂ। ਆਹ ਇੱਕ ਕੁੜੀ ਉਹ ਤੁਹਾਡੇ ਵਾਸਤੇ ਬਹੁਤ ਤਗੜਾ ਸਬਕ ਆ ਕਿ ਜਿਹੜੀ ਕੁੜੀ ਨੇ ਮਲੇਸ਼ੀਆ ਵਿੱਚ ਫਾਹ ਲਿਆ, ਕਿ ਉਹਨੂੰ ਲੈਣਾ ਚਾਹੀਦਾ ਕਿ ਜਾਂ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਸੀਗਾ। ਹੁਣ ਦੇਖੋ ਸੋਸ਼ਲ ਮੀਡੀਆ 'ਤੇ ਇੱਕ ਟਾਈਮ ਮੇਰੀ ਭੈਣ ਅਮਨਦੀਪ ਕੌਰ ਇੱਕ ਵੀਡੀਓ ਪਾ ਬੈਠੀ ਮੇਰੇ ਵਾਲੇ ਇਸ ਲਾਲੀ ਬਟਾਲੇ ਪੇਜ 'ਤੇ ਹੀ, ਉਸ ਕੁੜੀ ਨੂੰ ਬੜੇ ਭੈੜੇ ਭੜੇ ਫੋਨ ਆਉਣ ਲੱਗੇ, ਕਮੈਂਟ ਆਉਣ ਲੱਗੇ, ਅਤੇ ਜਦੋਂ ਵੀਡੀਓ ਕੁੜੀ ਨੂੰ ਮੈਂ ਕਿਹਾ ਕਿ ਤੂੰ ਡੱਟ ਕੇ ਮੁਕਾਬਲਾ ਕਰ, ਇੱਕ ਤੂੰ ਤਾਕਤ ਬਣ, ਤੂੰ ਡਰਨਾ, ਮੇਰੀ ਗੱਲ ਸੁਣ, ਜੇ ਤੂੰ ਕਿਸੇ ਦੀ ਭੈਣ ਨਾ ਅਤੇ ਬਾਕੀ ਵੀ ਤੇਰੇ ਭਰਾ ਵਾ, ਇਹ ਮਨ ਚੱਲੇ ਪੰਜ ਚਾਰ ਹੀ ਹੁੰਦੇ ਜਿਹੜੇ ਇਹੋ ਜਿਹੇ ਕੰਮ ਕਰਨ ਵਾਲੇ ਹੁੰਦੇ ਆ, ਦੁਨੀਆਂ ਸਾਰੀ ਤੇਰੇ ਨਾਲ ਆ, ਤੇਰਾ ਸਾਥ ਦੇਣਗੇ, ਅਤੇ ਮੂੰਹ ਤੋੜ ਜਵਾਬ ਦੇ। ਅਮਨਦੀਪ ਕੌਰ ਨੂੰ ਸਲੂਟ ਆ, ਉਸ ਭੈਣ ਨੇ ਇੱਕ ਦਿਨ ਲਾਈਵ ਹੋ ਕੇ ਉਹ ਕੁੱਤੇ ਖਾਣੀ ਕੀਤੀ। ਅੱਜ ਉਹ ਕਾਮਯਾਬ ਕੁੜੀ ਮਲੇਰਕੋਟਲੇ ਵਿੱਚ ਸ਼ਾਇਦ NGO ਚਲਾ ਰਹੀ ਆ, NGO ਚਲਾ ਰਹੀ ਆ। ਅਤੇ ਮੈਂ ਭੈਣਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਬਾਇਸ਼ਪੀਲ ਇੰਡੀਆ ਦਾ ਤਾਂ ਮੈਂ ਕਹਿ ਨਹੀਂ ਸਕਦਾ, ਜੇ ਯੂਰਪ ਵਿੱਚ ਅਸ, ਕਿਉਂਕਿ ਸਾਨੂੰ ਬਹੁਤ ਭੈਣਾਂ ਦੇ ਜਿਹੜੇ ਇੱਦਾਂ ਮੈਸੇਜ ਆਉਂਦੇ ਰਹਿੰਦੇ ਆ ਇਹਦੇ ਉੱਤੇ, ਜਿਹੜਾ ਪੇਜ ਬਣੇ ਆ ਕਿ ਵੀਰ ਸਾਡੇ ਨਾਲ ਵੀ ਇਹ ਕੰਮ ਹੋ ਰਿਹਾ, ਡਰਨ ਦੀ ਕੋਈ ਲੋੜ ਨਹੀਂ, ਮਰਨ ਦੀ ਕੋਈ ਲੋੜ ਨਹੀਂ, ਘਬਰਾਉਣ ਦੀ ਕੋਈ ਲੋੜ ਨਹੀਂ, ਤੁਸੀਂ ਜਹਾਜ਼ ਡਾ ਸਕਦੀਆਂ, ਤੁਸੀਂ ਟ੍ਰੇਨਾਂ ਚਲਾ ਸਕਦੀਆਂ, ਬੱਸਾਂ ਚਲਾ ਸਕਦੀਆਂ, ਸਾਰੇ ਕੰਮ ਕਰ ਸਕਦੀਆਂ, ਪੜ੍ਹੀਆਂ ਲਿਖੀਆਂ ਕੁੜੀਆਂ। ਹੁਣ ਤਾਂ ਉਹ ਜ਼ਮਾਨਾ ਚੱਲ ਗਿਆ ਕਿ ਜਦੋਂ ਘੁੰਡ ਚੱਕ ਬੰਦ ਕਰਕੇ ਤਾਂ ਤੁਰਨਾ ਪੈਂਦਾ ਸੀਗਾ, ਹੁਣ ਤਾਂ ਸਾਨੂੰ ਸਾਰੇ ਹੱਕ ਹੈਗੇ ਆ, ਮਰਨ ਦੇ ਨਾਲ ਤੁਹਾਡੀ ਉਹ ਕੁੜੀ ਉਹ ਹਾਰ ਹੁੰਦੀ ਆ, ਹੈਂ ਤੁਹਾਡੇ। ਵੇਖੋ ਇਹੋ ਜਿਹੇ ਵੀ ਯੋਧੇ ਜੰਮੇ ਆ, ਧੀਆਂ ਨੇ, ਭੈਣਾਂ ਨੇ, ਮਾਵਾਂ ਨੇ, ਕਿ ਜਿਨ੍ਹਾਂ ਨੇ ਦੁਨੀਆਂ 'ਤੇ ਡਾਂਕਾ ਵਜਾ ਤਾ, ਤੁਸੀਂ ਕਿਉਂ ਆਪਣੇ ਆਪ ਨੂੰ ਕਮਜ਼ੋਰ ਸਮਝਦੀਆਂ ਜੇ। ਹੁਣ ਦੇਖੋ ਜੇ ਮੰਨ ਲਓ ਕਿ ਇਹੋ ਜਿਹੀ ਪ੍ਰੋਬਲਮ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਵੀ ਜਾਂਦੀ ਆ, ਉਸ ਟਾਈਮ ਨੂੰ ਤੁਸੀਂ ਥੋੜ੍ਹਾ ਜਿਹਾ ਲੰਮਾ ਪਾਓ, ਸੋਚਣ ਦਾ ਆਪਣੇ ਆਪ ਨੂੰ ਮੌਕਾ ਦਿਓ। ਉਹ ਬੰਦੇ ਚਲੋ ਇਨਸਾਨ ਨਹੀਂ, ਉਹਨਾਂ ਨੂੰ ਕਹਿੰਦੇ ਹੁੰਦੇ ਵੀ ਹੈਵਾਨ ਕਹਿ ਸਕਦੇ ਹਾਂ, ਇਹ ਪਹਿਲੀ ਵਾਰ ਨਹੀਂ ਹੋਣਗਾ, ਜ਼ਿੰਦਗੀ 'ਚ ਹੁੰਦਾ ਰਹਿਣਾ, ਪਰ ਸਾਡੇ ਵਰਗੇ ਵੀਰਾਂ ਨੂੰ ਚਾਹੀਦਾ, ਉਹਨਾਂ ਨੂੰ ਤਸੱਲੀ ਦੇਣੀ ਚਾਹੀਦੀ ਕੁੜੀਆਂ ਨੂੰ, ਜੇ ਇਹੋ ਜਿਹਾ ਡਰਨ ਦੀ ਲੋੜ ਨਹੀਂ, ਅਸੀਂ ਤੁਹਾਡੇ ਨਾਲ ਹਾਂ। ਉਹਨਾਂ ਬੰਦੇ ਨੂੰ ਹੌਲੀ 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 ਜੇ ਇੱਦਾਂ ਦਾ ਕੰਮ ਕਰਦੇ, ਉਹਨਾਂ ਨੂੰ ਲੰਮਾ ਪੈਂਡਿੰਗ ਪਾਓ ਅਤੇ ਕੁਝ ਸੋਚੋ, ਹੈ ਨਾ। ਸਭ ਤੋਂ ਪਹਿਲਾਂ ਤਾਂ ਆਪਣੀ ਮਾਂ ਦੇ ਨਾਲ ਗੱਲ ਕਰੋ, ਕਿਉਂਕਿ ਮਾਂ ਨੂੰ ਸਭ ਕੁਛ ਪਤਾ ਹੁੰਦਾ, ਧੀ ਬਾਰੇ ਫਿਕਰ ਹੁੰਦਾ ਵਾ, ਉਹ ਹਰ ਗੱਲ ਤੁਹਾਡੀ ਸੁਣੂਗੀ ਜਿੱਥੋਂ ਤੱਕ ਮੇਰਾ ਦਿਲ ਕਹਿੰਦਾ।
ਉਸ ਤੋਂ ਬਾਅਦ ਮਾਂ ਪਿਓ ਨਾਲ ਵੀ ਗੱਲ ਕਰ ਸਕਦੀ ਕਿ ਸਾਡੀ ਧੀ ਇਹੋ ਜਿਹੀ ਮੁਸ਼ਕਲ ਵਿੱਚ ਫਸੀ ਆ, ਜੇ ਮਰ ਗਈ ਤਾਂ ਹਨਾ ਬਹੁਤ ਸਾਡੇ ਵਾਸਤੇ ਮਾੜੀ ਗੱਲ ਆ। ਕੁੜੀਆਂ ਨੂੰ ਆਪਣੇ ਕਿਤੇ ਨਾ ਕਿਤੇ ਚਾਹੇ ਕਿਸੇ ਰਿਸ਼ਤੇਦਾਰ 'ਤੇ ਕਿਸੇ 'ਤੇ ਯਕੀਨ ਆ, ਜੇ ਨਹੀਂ ਆ ਹੈ ਨਾ ਉਹਦੇ ਨਾਲ ਗੱਲ ਕਰਕੇ ਆਪਣਾ ਮਸਲਾ ਤੁਸੀਂ ਹੱਲ ਕਰਾਓ। ਮੁੰਡਿਆਂ 'ਚ ਇੰਨੀ ਉਹ ਤਾਕਤ ਨਹੀਂ ਹੈਗੀ, ਇਹ ਕਿਹੜੇ ਵੀ ਦੂਜੇ ਅਸਮਾਨ ਤੋਂ ਉਤਰੇ ਹੈਗੇ ਜਿਹੜੇ ਤੁਹਾਨੂੰ ਹੈ ਨਾ ਖਾ ਜਾਣਗੇ, ਕੁਛ ਨਹੀਂ ਕਰ ਸਕਦੇ, ਇਹ ਇਹਨਾਂ ਦਾ ਇੱਕ ਝੂਠਾ ਡਰਾਵਾ ਹੁੰਦਾ ਹੈ ਨਾ। ਫਿਰ ਵੀ ਜੇ ਕੁੜੀਆਂ ਨੂੰ ਕੋਈ ਪ੍ਰੋਬਲਮ ਆਉਂਦੀ ਆ, ਹਾਂਜੀ ਤੁਸੀਂ ਸਾਈਬਰ ਕ੍ਰਾਈਮ ਨੂੰ ਆਪਣੀ ਵੀਡੀਓ ਚੱਲਦੀਆਂ ਰਹਿਣ ਦਿਓ, ਫੋਟੋਆਂ ਚੱਲਦੀਆਂ ਰਹਿਣ ਦਿਓ, ਕੁਛ ਨਹੀਂ ਫਰਕ ਪੈਂਦਾ। ਕਈ ਵਾਰ ਤਾਂ ਕੁੜੀਆਂ ਦੀਆਂ ਵੀਡੀਓ ਅਡੀਟ ਕਰਕੇ ਵੀ ਪਾ ਦਿੰਦੇ, ਫੋਟੋਆਂ ਅਡੀਟ ਕਰਕੇ ਵੀ ਪਾ ਦਿੰਦੇ ਆ। ਇਹ ਮਸਲਾ ਕੋਈ ਬਹੁਤ ਵੱਡਾ ਨਹੀਂ, ਲੋਕ ਪਾਗਲ ਹੋ ਚੁੱਕੇ ਮੁੰਡੇ ਹੈ ਨਾ, ਆਪਣਾ ਗੁੱਸਾ ਕੱਢਣ ਵਾਸਤੇ ਕਿੱਥੋਂ ਕਿੱਥੇ ਤੱਕ ਜਾ ਸਕਦੇ ਆ। ਵਟਸਐਪ ਗਰੁੱਪਾਂ ਦੇ ਵੀਡੀਓ ਫੋਟੋਆਂ ਪਾਈ ਜਾਂਦੇ ਆ, ਫੇਸਬੁੱਕਾਂ ਦੇ ਪਾਈ ਜਾਂਦੇ, ਆਡੀਓ ਚਲਾਈ ਜਾਂਦੇ ਆ। ਪਰ ਜੇ ਵਾਕਿਆ ਕੋਈ ਕੁੜੀ ਸੁੱਚੀ ਸੱਚੀ ਆ, ਆਪਣੀ ਜ਼ਿੰਦਗੀ ਨੂੰ ਬਚਾਉਣਾ ਚਾਹੁੰਦੀ, ਸਟਰੋਂਗ ਬਣਨਾ ਚਾਹੁੰਦੀ, ਮੇਰੀਆਂ ਭੈਣੋ ਡਰਨ ਦੀ ਕੋਈ ਲੋੜ ਨਹੀਂ ਹੈ ਨਾ। ਸਾਈਬਰ ਕ੍ਰਾਈਮ ਦੇ ਨਾਲ ਗੱਲ ਕਰੋ, ਆਪਣਾ ਚਿਹਰਾ ਛੁਪਾ ਕੇ ਰੱਖੋ। ਜਾਂ ਇੰਡੀਆ ਦੇ ਵਿੱਚ ਕਿੰਨੀਆਂ ਐਨ ਜੀ ਓ ਆ, ਸਾਡੀ ਐਮ ਕੇ ਭੈਣ ਜੀ ਹੁਣੀ ਵੇਖਣ ਡਿਆ, ਉਹ ਵੀ ਆਪਣੇ ਵਿਚਾਰ ਦੇ ਸਕਦੇ ਆ ਵੀ ਇੰਡੀਆ ਵਿੱਚ ਸਿਮਰਜੀਤ ਕੌਰ ਗਿੱਲ ਕੁੜੀ ਆ, ਕਿੱਡਾ ਉਹਦਾ ਜਿਗਰਾ ਤਗੜਾ, ਉਹਦੇ ਨਾਲ ਹੀ ਕਿਤੇ ਗੱਲ ਕਰ ਲਓ। ਜਾਂ ਸਾਡੇ ਬਟਾਲੇ ਵਾਲਾ ਗੁੱਗੂ ਭਾਅ ਜੀ ਆ, ਅਨਮੋਲ ਭਾਅ ਜੀ ਆ, ਗੁਰਪ੍ਰੀਤ ਸਿੰਘ ਆ, ਜਾਂ ਹੋਰ ਕਿੰਨੀਆਂ ਐਨ ਜੀ ਓ ਵਾਲੇ ਜਾਂ ਕਿੰਨੇ ਇਹੋ ਜਿਹੇ ਮਹਾਨ ਸ਼ਖਸੀਅਤ ਆ ਸਾਡੇ ਪੰਜਾਬ ਦੇ ਵਿੱਚ ਆ, ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਆਪਣਾ ਦੁੱਖ ਦੱਸ ਸਕਦੀ ਹਾਂ ਹੈ ਨਾ। ਫਿਰ ਪੁਲਿਸ ਨਾਲ ਵੀ ਤੁਸੀਂ ਗੱਲਬਾਤ ਕਰਕੇ ਆਪਣਾ ਚਿਹਰਾ ਪਿੱਛੇ ਰੱਖ ਕੇ, ਡਰਨ ਦੀ ਕੋਈ ਲੋੜ ਨਹੀਂ, ਮੌਤ ਨਾਲੋਂ ਲੜਨਾ ਚੰਗਾ ਹੈਗਾ ਵਾ ਹੈ ਨਾ। ਜੇ ਫਿਰ ਵੀ ਨਾ ਮਸਲਾ ਹੱਲ ਹੋਵੇ, ਮੈਂ ਯੂਰਪ ਦੀ ਗੱਲ ਕਰ ਸਕਦਾ, ਚਲੋ ਇੰਡੀਆ ਬਹੁਤ ਵੱਡਾ ਵਾ ਵੀ ਉੱਥੇ ਇਸ ਨਹੀਂ ਏ ਸੀ ਇੰਨੇ ਜੋਗੇ, ਜੇ ਯੂਰਪ ਵਿੱਚ ਕਿਸੇ ਧੀ ਭੈਣ ਨੂੰ, ਕਿਉਂਕਿ ਸਾਨੂੰ ਮੈਸੇਜ ਆਏ ਹੋਏ ਆ, ਜੇ ਕਿਸੇ ਵੀ ਧੀ ਭੈਣ ਨੂੰ ਇਹੋ ਜਿਹੀ ਪ੍ਰੋਬਲਮ ਆਉਂਦੀ ਆ, ਤਾਂ ਸਾਡੇ ਕਿੰਨੇ ਪੇਜ ਬਣੇ ਆ ਹੈ ਨਾ, ਕਿੰਨੇ ਚੈਨਲ ਬਣੇ ਆ, ਕਿੰਨੇ ਪੇਜ ਬਣੇ ਆ, ਤੁਸੀਂ ਆਪਣਾ ਚਿਹਰਾ ਗੁਪਤ ਲਾ ਕੇ ਸਾਨੂੰ ਮੈਸੇਜ ਭੇਜੋ ਵੀ ਸਾਡੀ ਵੀਰਿਓ ਆਹ ਪ੍ਰੋਬਲਮ ਆ, ਕਿ ਕੋਈ ਤੁਸੀਂ ਹੱਲ ਕਰ ਸਕਦੇ, ਕੋਈ ਦੁਨੀਆ 'ਤੇ ਇਹੋ ਜਿਹਾ ਬੰਦਾ ਹੈਗਾ ਜਿਹੜਾ ਧੀਆਂ ਭੈਣਾਂ ਦੇ ਹੱਕ ਵਿੱਚ ਆਵੇ। ਇਹ ਲੋਕਾਂ ਦਾ ਸਿਰਫ ਹੌਂਸਲਾ ਵੱਧ ਗਿਆ, ਕੁੜੀਆਂ ਡਰ ਜਾਂਦੀਆਂ। ਵਾਕਿਆ ਗੱਲ ਸੱਚੀ ਆ ਕਿ ਕੁੜੀਆਂ ਜੰਮਣ ਤੋਂ ਲੋਕ ਕਿਉਂ ਡਰਦੇ ਆ, ਦੇਖ ਲਓ ਤੁਹਾਡੇ ਸਾਹਮਣੇ ਆ। ਅੱਜ ਦੀ ਵੀਡੀਓ ਨੂੰ ਕੁੜੀਆਂ ਤੱਕ ਪਹੁੰਚਾ ਦਿਓ ਕਿ ਅਸੀਂ ਯੂਰਪ ਵਾਲੇ ਤੁਹਾਡੇ ਭਰਾ ਵਾਂ ਹੈ ਨਾ, ਅਤੇ ਪੰਜੇ ਉਂਗਲਾਂ ਇੱਕੋ ਚੁੱਕੀ ਨਹੀਂ ਹੁੰਦੀ। ਜੇ ਚਾਰ ਗੰਦੇ ਬੰਦੇ ਤੁਹਾਡੀ ਜ਼ਿੰਦਗੀ ਤਬਾਹ ਕਰਨ 'ਤੇ ਤੁਲੇ ਆ, ਤਾਂ ਅਸੀਂ ਤੁਹਾਡੀ ਮਦਦ ਕਰਨ ਨੂੰ ਬੈਠੇ ਹਾਂ, ਅਸੀਂ ਮਰ ਨਹੀਂ ਗਏ। ਅੱਜ ਇਸ ਕੁੜੀ ਨਾਲ ਹੋਇਆ, ਇਹਦਾ ਇਹ ਮਤਲਬ ਵੀ ਇਕੱਲੇ ਮਲੇਸ਼ੀਆ 'ਚ ਹੋ ਗਿਆ, ਤਾਂ ਤੁਸੀਂ ਵੀਡੀਓ 'ਤੇ ਕਮੈਂਟ ਕਰਕੇ ਤੁਸੀਂ ਆਪਣੇ ਘਰਾਂ 'ਚ ਬਹਿ ਗਏ, ਸਮਝੋ ਵੀ ਇਹ ਅੱਗ ਤੁਹਾਡੇ ਘਰ 'ਚ ਵੀ ਆ ਸਕਦੀ ਆ। ਹੋ ਸਕਦਾ ਮੇਰੇ ਘਰ ਵੀ ਧੀ ਜੰਮੇ, ਜਿੱਦਣ ਮੇਰੀ ਧੀ ਜਾਂ ਮੇਰੀ ਕੋਈ ਗਵਾਂਢਣ ਕੋਈ ਭੈਣਾਂ ਹੀ ਹੁੰਦੀਆਂ, ਕੋਈ ਵੀ ਫਾਹ ਲੈ ਕੇ ਮਰੂਗੀ ਨਾ, ਅੱਜ ਮੇਰੇ ਚੀਕਣ ਦਾ ਜਿਹੜਾ ਨਾ ਅੱਜ ਰੌਲਾ ਵਾ, ਤੁਹਾਨੂੰ ਬੁਰਾ ਤਾਂ ਜ਼ਰੂਰ ਲੱਗੂ, ਪਰ ਉਹ ਦਿਨ ਸੱਚਾ ਵੀ ਲੱਗੂਗਾ ਕਿ ਬਾਈ ਵਾਕਿਆ ਹੀ ਇਹ ਕੰਮ ਹੁੰਦੇ ਆ। ਮੁੰਡੇ ਕੀ ਕਰਦੇ ਆ, ਯਾਰਾਂ ਦੋਸਤਾਂ ਵਿੱਚ ਬਹਿ ਕੇ ਹੈਂਡੀ ਕੱਢ ਕੇ, ਆਹ ਤੁਹਾਨੂੰ ਡਾਰਲਿੰਗ ਨਾਲ ਦਿਖਾਉਣਾ ਗੱਲ ਕਰਦਾ, ਤੁਹਾਡੀਆਂ ਵੀਡੀਓ ਕਾਲਾਂ ਮੁੰਡੇ ਆਪਸ ਵਿੱਚ ਯਾਰਾਂ ਦੋਸਤਾਂ ਨੂੰ ਦਿਖਾਲਦੇ ਆ, ਫਿਰ ਮੇਰੇ ਮੂੰਹ ਗੱਲ ਸੁਣਦੇ ਆ, ਸਾਲੇ ਫੁਕਰੀਆਂ ਮਾਰਦੇ, ਆਹ ਮੇਰੀ ਸਹੇਲੀ ਨੇ ਆਹ ਮੈਨੂੰ ਹੈਂਡੀ ਭੇਜਤਾ, ਆਹ ਮੈਨੂੰ ਕੱਪੜੇ ਭੇਜੇ, ਆਹ ਮੈਨੂੰ ਜੁੱਤੀਆਂ ਭੇਜੀਆਂ, ਤੁਹਾਡੀ ਥਾਂ ਥਾਂ 'ਤੇ ਕੁੜੀਓ ਬੇਇੱਜ਼ਤੀ ਕਰਦੇ, ਨਾ ਇੱਦਾਂ ਕਰਿਆ ਕਰੋ। ਫਿਰ ਦੂਜੀ ਗੱਲ ਮੈਨੂੰ ਇਹ ਦੱਸੋ ਕੁੜੀਓ ਕਿ ਤੁਸੀਂ ਆਸਟ੍ਰੇਲੀਆ ਤੋਂ ਪੈਸੇ ਪਾਉਂਦੀਆਂ ਵਾ, ਨਿਊਜ਼ੀਲੈਂਡ ਤੋਂ ਪੈਸੇ ਪਾਉਂਦੀਆਂ ਇਹਨਾਂ ਬੁੱਚੜਾਂ ਨੂੰ, ਕੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਯਕੀਨ ਆ ਕਿ ਤੁਹਾਡੀ ਜ਼ਿੰਦਗੀ ਵਿੱਚ ਖਰੇ ਉਤਰਨਗੇ? ਹੈਂ, ਮੈਨੂੰ ਪਤਾ ਵਾ ਸਾਡੇ ਵੀ ਇਸ ਚੈਨਲ 'ਤੇ ਬਹੁਤ ਸਾਰੇ ਮੈਸੇਜ ਆਏ ਆ ਕਿ ਵੀਰ ਸਾਡੀ ਜ਼ਿੰਦਗੀ ਨੂੰ ਬਹੁਤ ਤੜਾ ਖਤਰਾ, ਕਿ ਅਸੀਂ ਕਈ ਮੁੰਡਿਆਂ ਨੂੰ ਸਮਝਾ ਵੀ ਚੁੱਕੇ ਕਿ ਵੀਰੋ ਨਾ ਇਹ ਕੰਮ ਕਰੋ, ਕਿਉਂ ਪੰਜਾਬੀ ਹੋ ਕੇ ਪੰਜਾਬੀ ਭੈਣਾਂ ਦੇ ਪਿੱਛੇ ਪੈ ਗਏ ਜੇ, ਕਿਉਂ ਰੱਖੜੀਆਂ ਦੀ ਬਰਬਾਦੀ ਕਰਨ ਡੇ ਜੇ, ਕਈ ਮਸਲੇ ਹੱਲ ਹੋ ਵੀ ਚੁੱਕੇ ਆ। ਪਰ ਜੇ ਕੋਈ ਧੀ ਭੈਣ ਵਾਕਿਆ ਹੀ
ਇਸ ਟਾਈਮ ਦੁਖੀ ਬੈਠੀ ਆ ਤੇ ਜ਼ਰੂਰ ਸਾਡੇ ਇਨਬੋਕਸ ਵਿੱਚ ਮੈਸੇਜ ਕਰਿਓ ਕਿ ਮੇਰੀ ਜ਼ਿੰਦਗੀ ਨੂੰ ਖਤਰਾ, ਕੋਈ ਮਦਦ ਕਰੋ। ਹੈਂ ਇਹਨਾਂ ਬੁੱਚੜਾਂ ਨੂੰ ਪੈਸੇ ਪਾਉਣ ਦੀ ਖਾਤਰ ਤੁਸੀਂ ਜੱਲਾਂ ਲੱਗੀਆਂ ਵੇਖ ਲੈਂਦੀਆਂ, ਕੱਪੜੇ ਪਾਏ ਵੇਖ ਲੈਂਦੇ, ਕਦੀ ਕਿਸੇ ਬੰਦੇ ਦੀ ਕਰੈਕਟਰ ਵੀ ਦੇਖੋ ਵੀ ਕਿੰਨੇ ਕੁ ਜੋਗਾ ਤੁਹਾਡਾ ਲਾਲਚ ਕਰਨ ਡਿਆ ਵਾ ਤੁਹਾਡਾ। ਤੁਸੀਂ ਆਸਟ੍ਰੇਲੀਆ ਬੈਠੀਆਂ ਸਿਰਫ ਵਿਆਹ ਕਰਾ ਕੇ ਤੁਹਾਨੂੰ ਤੁਹਾਡੇ ਨਾਲ ਇੱਥੇ ਆਜੂਗਾ। ਲਾਲਚੀ ਬੰਦੇ ਦਾ ਕਦੀ ਵੀ ਯਕੀਨ ਨਾ ਕਰੋ। ਕਿਉਂ ਤੁਸੀਂ ਪੈਸੇ ਪਾਉਂਦੀਆਂ? ਉਹੋ ਹੀ ਜਿਹੜੇ ਤੁਸੀਂ ਇਹਨਾਂ ਨੂੰ ਗਿਫਟ ਕੰਜਰਾਂ ਨੂੰ ਭੇਜਦੀਆਂ ਨਾ ਕੁੱਤਿਆਂ ਨੂੰ, ਉਹੋ ਹੀ ਕਿਤੇ ਤੁਸੀਂ ਕਿਸੇ ਗਰੀਬ ਦੀ ਸੇਵਾ ਕਰ ਲਓ, ਝੁੱਗੀਆਂ ਝੌਂਪੜੀਆਂ ਵਾਲੀ ਦੀ ਸੇਵਾ ਕਰ ਲਓ। ਇਹੋ ਜਿਹੀਆਂ ਵੀ ਇੰਡੀਆ ਵਿੱਚ ਭੈਣਾਂ ਹੈਗੀਆਂ ਜਿਨ੍ਹਾਂ ਨੇ ਦੁਨੀਆਂ ਨੂੰ ਲੋਹਾ ਬਣਾ ਤਾ। ਭੈਣ ਸੱਤੀ NGO ਚਲਾਉਂਦੀ ਆ, ਸਿਮਰਜੀਤ ਕੌਰ ਗਿੱਲ ਬੈਠੀ ਆ, ਹਰਜੀਤ ਕੌਰ ਭੁੱਲਰ ਬੈਠੀ ਆ, ਅਮਨਦੀਪ ਕੌਰ ਬੈਠੀ ਆ, ਕਿੰਨੀਆਂ ਭੈਣਾਂ ਜਿਹੜੀਆਂ ਸਟਰੋਂਗ ਬਣ ਕੇ ਦੁਨੀਆਂ ਦੇ ਸਾਹਮਣੇ ਆਈਆਂ। ਦੁੱਖ ਕੱਟੀਏ ਤੇ ਦੁੱਖ ਵੰਡਿਆ ਜਾਂਦਾ ਵਾ ਕਿ ਵੰਡੀਏ ਤੇ ਕੋਈ ਲੋੜ ਨਹੀਂ ਡਰਨ ਦੀ ਘਬਰਾਉਣ ਦੀ। ਭੈਣੋ ਮੇਰੀਓ, ਕੋਈ ਨਾ ਕੋਈ ਰਸਤਾ ਲੱਭੋ, ਤੁਹਾਨੂੰ ਜੀਣ ਦਾ ਹੱਕ ਆ। ਇਸ ਕਾਇਨਾਤ 'ਤੇ ਤੁਸੀਂ ਆਈਆਂ ਵਾ, ਤੁਹਾਨੂੰ ਵੀ ਓਨਾ ਹੱਕ ਆ, ਤੁਹਾਡੇ ਵਿੱਚ ਵੀ ਦਿਲ ਧੜਕਦਾ, ਤੁਸੀਂ ਵੀ ਇਨਸਾਨ ਆ। ਇਹ ਜਾਨਵਰਾਂ ਨੂੰ ਬੱਤਰ ਹੋ ਚੁੱਕੇ ਆ। ਅੱਜ 27-28 ਤਰੀਕ ਹੋ ਚੁੱਕੀ ਆ, ਵੱਡੀ ਮਿਸਾਲ ਤੁਸੀਂ ਦੇਖੋ ਨਿਰਭੈ ਕੁੜੀ ਦੇ ਨਾਲ ਬਲਾਤਕਾਰ ਦਿੱਲੀ ਦੇ ਵਿੱਚ ਹੋਇਆ ਸੀਗਾ। 2 ਤਰੀਕ ਨੂੰ 4 ਦਰਿੰਦੇ ਅਗਲਿਆਂ ਨੇ ਫਾਂਸੀ ਦੇ ਚਾੜ ਦੇਣੇ ਅਤੇ 4 ਪਹਿਲਾਂ ਅਗਲਿਆਂ ਨੇ ਮਾਰੇ ਸੀਗੇ। ਮੁੰਡਿਆਂ ਨੂੰ ਡਰ ਮੁੱਕਾ। ਉਹ ਪੰਜਾਬੀਓ, ਉਹ ਵੀਰਿਓ, ਜਿੰਨੇ ਵੀ ਤੁਸੀਂ ਵੀਡੀਓ ਵੇਖ ਰਹੇ ਹਾਂ ਜਾਂ ਬਾਅਦ 'ਚ ਵੇਖਣੀ ਆ, ਪਹਿਲਾਂ ਇਹ ਗੱਲ ਸੋਚੋ ਕਿ ਤੁਹਾਡੇ ਘਰ ਧੀ ਭੈਣ ਹੈ ਨਹੀਂ। ਤੁਹਾਡੀ ਭੈਣ ਨੂੰ ਕੋਈ ਰਸਤੇ ਵਿੱਚ ਤੰਗ ਕਰੇ ਤਾਂ ਰਾਤ ਦਿਲ ਖੂਨ ਵਾਲੇ ਮਾਰਦਾ ਨਾ। ਇੱਕ ਗੱਲ ਜਹਿਨ 'ਚ ਬਾਲ ਲਿਓ ਪੰਜਾਬੀਓ, ਜਦੋਂ ਤੁਸੀਂ ਜਨਮ ਲਿਆ ਸੀ ਨਾ ਧਰਤੀ 'ਤੇ ਆਏ ਸੀ, ਅਤੇ ਤੁਹਾਡੀ ਹੋਣ ਵਾਲੀ ਘਰਵਾਲੀ ਨੇ ਵੀ ਉਸ ਟਾਈਮ ਜਨਮ ਕਿਤੇ ਲੈ ਲਿਆ ਹੋਊਗਾ, ਤੁਹਾਡੇ ਤੋਂ ਸਾਲ ਪਹਿਲਾਂ ਜਾਂ 2 ਸਾਲ ਬਾਅਦ। ਉਹ ਪਰ ਸਬਰ ਦਾ ਫਲ ਮਿੱਠਾ ਵਾ ਮਿੱਤਰੋ। ਇਹ ਕਿ ਤੁਸੀਂ ਸੋਚਦੇ ਕਿ ਐਸੇ ਕੁੜੀ ਦਾ ਮੇਰਾ ਵਿਆਹ ਹੋਵੇ ਤਾਂ ਫਿਰ ਮੈਂ ਬਹੁਤ ਖੁਸ਼ ਹਾਂ, ਹੈ ਨਾ। ਜੇ ਰੱਬ ਨੇ ਉਹਦੀ ਕਿਸਮਤ ਹੀ ਕਿਤੇ ਹੋਰ ਕਿਸੇ ਨਾਲ ਲਿਖੀ ਆ, ਹੈ ਨਾ, ਉਹਦੀ ਪੇਟੋਂ ਕਿਸੇ ਹੋਰ ਦਾ ਬੱਚਾ ਆਉਣਾ ਵਾ, ਕਿਸੇ ਹੋਰ ਦੀ ਮਾਂ ਬਣਨਾ, ਕਿਸੇ ਮਾਸੀ ਦੀ ਬਣਨਾ, ਫਿਰ ਤੁਹਾਡੀ ਕਿੱਦਾਂ ਬਣ ਜੂ? ਤੁਹਾਡੇ ਕਰਮਾਂ ਵਿੱਚ ਐਟੋਮੈਟਿਕ ਗੁਰੂ ਨਾਨਕ ਸਾਹਿਬ ਨੇ ਰਿਸ਼ਤੇ ਬਣਾਏ ਹੋਏ ਆ। ਅਤੇ ਫਿਰ ਵੀਰਿਓ, ਜੇ ਰੱਖ ਲਓ ਵੀ ਚਲੋ ਕੁੜੀ ਨੇ ਕਿਤੇ ਭੁੱਲ ਭੁਲੇਖੇ ਤੁਹਾਡੇ ਨਾਲ ਕੋਈ ਗੱਲਬਾਤ ਹੋ ਵੀ ਜਾਂਦੀ ਆ, ਹੈ ਨਾ, ਤੁਸੀਂ ਆਹ ਮੁੱਲ ਪਾਉਂਦੇ ਆ, ਤੁਸੀਂ ਉਦਣ ਤੋਂ ਸੋਚ ਕੇ ਧਾਰ ਕੇ ਰੱਖ ਲੈਂਦੇ ਕਿ ਜੇ ਮੇਰੀ ਬਰਬਾਦੀ ਹੋਈ ਤਾਂ ਮਾਰ ਕੇ ਮੈਂ ਇਹਨੂੰ ਵੀ ਛੱਡੂੰਗਾ। ਪਰ ਕੁੜੀਓ, ਤੁਸੀਂ ਭੋਲੀਆਂ ਜੇ ਇਹਨਾਂ ਮੁੰਡਿਆਂ ਦੇ, ਇਹਦੇ ਕੈਚਅਪ ਦੇ ਨਾਲ ਕੋਈ ਲਿਖ ਲੈਣ ਤਾਂ ਕਹਿੰਦੇ ਅਸੀਂ ਖੂਨ ਕੱਢਿਆ, ਇਹਨਾਂ ਦੀਆਂ ਤੁਸੀਂ ਗੱਲਾਂ ਸੁਣਦੇ ਆ। ਬਹੁਤ ਸੱਜਣ ਮਿੱਤਰ ਮੈਂ ਵੀ ਵੇਖੇ ਜਿਨ੍ਹਾਂ ਨੂੰ ਬੜਾ ਸਮਝਾਇਆ, ਉਹ ਨਾ ਬੇਇੱਜ਼ਤੀ ਕਰੋ ਕੁੜੀਆਂ ਦੀ, ਮੁੰਡੇ ਦੀ ਕੋਈ ਬੇਇੱਜ਼ਤੀ ਨਹੀਂ ਹੁੰਦੀ, ਕੁੜੀ ਦੀ ਕਿਉਂ ਹੋ ਜਾਂਦੀ ਆ? ਲੋਕ ਲਾਣ ਤਾਂ ਪਾਉਂਦੇ ਪਿਓ ਨੂੰ, ਪੱਗ ਰੋਲ ਕੇ ਰੱਖ ਦਿੰਦੀਆਂ ਕੁੜੀਆਂ, ਹੈ ਨਾ, ਉਹ ਬੇਇੱਜ਼ਤੀ ਹੋ ਜਾਂਦੀ ਆ। ਪਰ ਇੱਕ ਗੱਲ ਆ, 2020 ਚੜ ਚੁੱਕੀ ਆ, ਜ਼ਮਾਨਾ ਬਹੁਤ ਐਡਵਾਂਸ ਹੋ ਚੁੱਕਾ। ਤੁਸੀਂ ਟਿਕਟੋਕ 'ਤੇ ਭੰਗੜਾ ਪਾਉਂਦੀਆਂ ਗਿੱਧਾ ਪਾਉਂਦੀਆਂ, ਮੈਂ ਕਹਿੰਦਾ ਤੁਹਾਡਾ ਥੋੜ੍ਹਾ ਬਹੁਤਾ ਤੁਹਾਨੂੰ ਇਹ ਵੀ ਸੋਚਣਾ ਚਾਹੀਦਾ, ਜੇ ਤੁਸੀਂ ਇੰਨੀਆਂ ਤੁਸੀਂ ਕੈਮਰੇ ਗਾੜੀ ਆ ਸਕਦੀਆਂ, ਇਹ ਲੜਾਈ ਨੂੰ ਲੜ ਕਿਉਂ ਨਹੀਂ ਸਕਦੀਆਂ, ਹੈ ਨਾ, ਇਹ ਲੜਾਈ ਨੂੰ ਲੜ ਕਿਉਂ ਨਹੀਂ ਸਕਦੀਆਂ? 70-80% ਮੁੰਡੇ ਤੁਹਾਡੇ ਨਾਲ ਆ ਕੁੜੀਓ ਭੈਣੋ, ਕਿ ਜਿਹੜੇ ਤੁਹਾਡੀ ਮਦਦ ਕਰਨ ਨੂੰ ਤਿਆਰ ਆ। ਮੈਂ ਕਹਿੰਦਾ ਕੋਈ ਇਹੋ ਜਿਹਾ ਕਾਨੂੰਨ ਵੀ ਹੋਣਾ ਚਾਹੀਦਾ, ਸਾਈਬਰ ਕ੍ਰਾਈਮ ਵਾਲਿਆਂ ਨੂੰ ਵੀ ਇੱਕ ਇਹੋ ਜਿਹੀ ਵੈਬਸਾਈਟ ਬਣਾਉਣੀ ਚਾਹੀਦੀ, ਮਦਦ ਕਰਨੀ ਚਾਹੀਦੀ, ਵੀ ਉਹ ਕੁੜੀਆਂ ਦੇ ਨਾਲ ਜੋ ਧੱਕੇ ਹੋ ਰਹੇ ਉਹਨਾਂ ਬੰਦਿਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ। ਅੱਜ ਇੱਕ ਘਰ ਵਿੱਚ ਕੀਰਨੇ ਪਏ ਆ ਨਾ ਦੋਸਤੋ, ਗਾਂ ਹੋਰ ਵੀ ਇਹ ਕੀਰਨੇ ਪੈਣੇ ਆ। ਪਹਿਲਾਂ ਜ਼ਮਾਨਾ ਸੰਗਾ ਸੀ, ਗਲਤੀਆਂ ਇਨਸਾਨ ਕੋਈ ਹੁੰਦੀਆਂ, ਪਹਿਲਾਂ ਬਸ ਵੱਧ ਚਿੱਠੀਆਂ ਆ ਗਈਆਂ ਜਾਂ ਕੁੱਟਮਾਰ ਹੋ ਗਈ ਜਾਂ ਥੱਪੜ ਜੇਬੋ ਹੋ ਗਿਆ। ਅੱਜ ਮਿੱਤਰੋ ਕੈਮਰਾ ਚੱਲ ਪਿਆ,
ਕੀ ਕਰਦੇ ਆ ਕੁੜੀਆਂ ਮੁੰਡੇ ਪੜ੍ਹੇ ਲਿਖੇ ਆ, ਕਿਤੇ ਬਹਿ ਕੇ ਕੌਫੀ ਵੀ ਪੀਂਦੇ ਆ, ਕਿਤੇ ਕੁਛ ਵੀ ਕਰਦੇ ਆ, ਅਤੇ ਕਈ ਬੰਦਿਆਂ ਨੇ ਇਹੋ ਜਿਹਾ ਧਾਰਿਆ ਹੁੰਦਾ ਕਿ ਮੈਂ ਬੇਇੱਜ਼ਤੀ ਕਰਕੇ ਰੱਖਣੀ ਰੱਖਣੀ ਆ, ਗੁਪਤ ਕੈਮਰੇ ਲਵਾ ਕੇ ਰੱਖਦੇ ਆ। ਅੱਜ ਜਿੰਨੀਆਂ ਵੀ ਮੇਰੀਆਂ ਭੈਣਾਂ ਕਾਲਜਾਂ ਵਿੱਚ ਪੜ੍ਹਦੀਆਂ ਵਾਂ ਜਾਂ ਯੂਰਪ 'ਤੇ ਆ ਜਾਂ ਬਾਹਰਲੀ ਕਿਸੇ ਵੀ ਕੰਟਰੀ 'ਚ ਬੈਠੀਆਂ ਨਾ, ਆ ਤੁਹਾਡੇ ਵਾਲੀ ਬੇਨਤੀ ਆ, ਕੋਈ ਇਹੋ ਜਿਹਾ ਗਲਤ ਕਦਮ ਨਾ ਚੁੱਕਿਓ। ਅਤੇ ਜੇ ਕੋਈ ਮੇਰੀ ਭੈਣ ਵਾਕਿਆ ਹੀ ਇਸ ਜੰਜਾਲ ਵਿੱਚ ਫਸੀ ਆ ਨਾ, ਮੈਂ ਸੋਸ਼ਲ ਮੀਡੀਆ 'ਤੇ ਸਾਰਿਆਂ ਨੂੰ ਕਹਿੰਦਾ, ਅਤੇ ਭੈਣ ਮੇਰੀਏ, ਜਿਸ ਦਿਨ ਤੂੰ ਸਾਨੂੰ ਜਾਂ ਪੰਜਾਬੀ ਪੈਰਸ ਗਰੁੱਪ ਨੂੰ ਜਾਂ ਜਿੰਨੇ ਵੀ ਪੇਜਾਂ ਵਾਲਿਆਂ ਨੂੰ ਤੂੰ ਉਹ ਫੋਟੋ ਭੇਜੇਂਗੀ, ਆਪਣਾ ਦੁੱਖ ਦੱਸੇਂਗੀ, ਅਸੀਂ ਕਸਮ ਖਾ ਕੇ ਕਹਿੰਦੇ ਉਹ ਬੰਦੇ ਦੀ ਕੁੱਤੇ ਖਾਣੀ ਵੀ ਕਰਾਂਗੇ, ਉਹ ਬੰਦੇ ਦੀ ਵੀਡੀਓ ਵੀ ਅਪਲੋਡ ਕਰਾਂਗੇ, ਫੋਟੋ ਵੀ ਅਪਲੋਡ ਕਰਾਂਗੇ, ਉਸ ਸਾਲੇ ਦੀ ਕੀਤੀ ਗਲਤੀ ਦਾ ਉਹਨੂੰ ਸਬਕ ਸਿਖਾਵਾਂਗੇ। ਮੈਂ ਸੋਸ਼ਲ ਮੀਡੀਆ ਦੇ ਬੜੇ ਬੜੇ ਸ਼ਾਰਪ ਬੰਦੇ ਵੇਖੇ ਜਿਨ੍ਹਾਂ ਨੂੰ ਸਲੂਟ ਕਰਦਾ, ਪੰਜਾਬੀ ਪੈਰਸ ਵਾਲੇ ਜਾਂ ਉਹ ਪੈਰਸ ਵਾਲੇ ਮੁੰਡੇ ਇੰਨੇ ਕੁ ਗਰਮ ਬੈਠੇ ਆ ਨਾ, ਪਾੜ ਕੇ ਰੱਖ ਦੇਣਗੇ, ਪਾੜ ਕੇ ਇੱਦਾਂ ਦੇ ਜਰਮਨ ਦੇ ਵਿੱਚ ਬੈਠੇ, ਆਸਟ੍ਰੇਲੀਆ ਦੇ ਵਿੱਚ ਬੈਠੇ ਆ, ਉਹ ਧੀ ਭੈਣ ਦੀ ਮੱਤ ਕੌਣ ਨਹੀਂ ਕਰ ਸਕਦਾ। ਜੇ ਸਾਡੇ ਸਿੱਖ ਭਰਾ ਗਜਰੀ ਦੇ ਬਾਜ਼ਾਰਾਂ ਵਿੱਚੋਂ ਜਨਾਨੀਆਂ ਕੁੜੀਆਂ ਭੈਣਾਂ ਧੀਆਂ ਨੂੰ ਛਡਾ ਸਕਦੇ, ਇਸ਼ਤ ਦੇ ਰਾਖੇ ਆ, ਕਦੇ ਪਰਖਣਾ ਹੋਵੇ ਨਾ ਤਾਂ ਇਹਨਾਂ ਨੂੰ ਪਰਖ ਕੇ ਵੇਖੋ ਭੈਣੋ, ਕਿਉਂ ਡਰਦੀਆਂ? ਜੇ ਬੇਇੱਜ਼ਤੀ ਕੁਛ ਨਹੀਂ ਹੁੰਦੀ, ਸਭ ਤੋਂ ਵੱਡੀ ਬੇਇੱਜ਼ਤੀ ਉਦੋਂ ਹੁੰਦੀ ਆ ਜਦੋਂ ਤੁਸੀਂ ਆਪਣੇ ਆਪ ਨੂੰ ਖਤਮ ਕਰ ਲੈਂਦੀਆਂ। ਉਹ ਪਿਓ ਕੀ ਜਵਾਬ ਦੇਣ, ਉਹ ਰਿਸ਼ਤੇਦਾਰ ਕੀ ਜਵਾਬ ਦੇਣ, ਸਾਡੀ ਕੁੜੀ ਦਾ ਆਹ ਧੱਕਾ ਆ, ਕੀ ਪਤਾ ਤੁਸੀਂ ਸੱਚੀਆਂ ਹੀ ਹੋ, ਇਹ ਮੁੰਡੇ ਹੀ ਝੂਠੇ ਹੋਣ, ਹੈ ਨਾ, ਤੁਹਾਡੇ ਭਲੇ ਮਾਣਸ ਹੋਣ ਦਾ ਫਾਇਦਾ ਉਠਾਇਆ, ਸ਼ਰਮ ਆਉਂਦੀ ਆ। ਉੱਦਾਂ ਤੁਸੀਂ ਪੜ੍ਹੀਆਂ ਲਿਖੀਆਂ ਵਾਂ, ਆ ਅਸੀਂ ਗੋਰਿਆਂ ਦੀ ਕੰਟਰੀ ਦੇ ਵਿੱਚ ਰਹਿੰਦੇ ਹਾਂ, ਇਹਨਾਂ ਦੀ ਮਰਜ਼ੀ ਹੈ ਨਾ ਕੁੜੀਆਂ ਦੀ, ਚਲੋ ਠੀਕ ਆ, ਵਿਆਹ ਵੀ ਕਰਾ ਲੈਂਦੀਆਂ, ਸਾਰਾ ਕੁਝ ਹੋ ਜਾਂਦਾ, ਪਰ ਇਹ ਕਿਸੇ ਦੀ ਮਜਬੂਰੀ ਨਹੀਂ ਬਣੀਆਂ, ਇਹ ਕਿਸੇ ਨੂੰ ਹੈ ਵੀ ਨਹੀਂ ਹੋਣ ਦਿੰਦੀਆਂ। ਇਹ ਨਹੀਂ ਕਿ ਲੰਡੂ ਛੰਡੂ ਜਿਹੜਾ ਮਰਜ਼ੀ ਚੱਕ ਕੇ ਕੈਮਰਾ ਲਾਈ, ਫੋਟੋ ਗਰੁੱਪਾਂ ਵਿੱਚ ਭੇਜੀ, ਯਾਰਾਂ ਦੋਸਤਾਂ ਨੂੰ ਭੇਜੀ, ਅਤੇ ਕਰਾਤੀ ਕੁੜੀ ਦੀ ਬੇਇੱਜ਼ਤੀ। ਕਦੀ ਸੋਚ ਵੇਖਿਆ, 100 ਵਿੱਚੋਂ ਮੇਰੇ ਖਿਆਲ 5% ਮੁੰਡੇ ਕਿਤੇ ਫਾਹ ਲੈਂਦੇ ਨਹੀਂ ਵੇਖੇ ਹੋਣਗੇ, ਬਸ ਵੱਧ ਕੁੜੀਆਂ ਹੀ ਮਰਦੀਆਂ ਜਦੋਂ ਇਹੋ ਜਿਹੀ ਪ੍ਰੋਬਲਮ ਆਉਂਦੀ ਆ, ਤੁਹਾਨੂੰ ਕਿੱਥੇ ਕਿੱਥੇ ਨਹੀਂ ਮਾਰਿਆ ਜਾਂਦਾ, ਹੈਂ। ਇਹੋ ਜਿਹੇ ਕਤਲ ਹੋ ਚੁੱਕੇ ਆ ਕੁੜੀਆਂ ਨੂੰ, ਆ ਥੋੜ੍ਹੇ ਦਿਨ ਪਹਿਲਾਂ ਜਿਹੜੀ ਰੈਡ ਰੈਡੀ ਡਾਕਟਰ ਮਾਰੀ ਸੀਗੀ, ਅੱਗ ਪਾ ਕੇ ਸਾੜਤੀ, ਤੁਹਾਨੂੰ ਫਿਰ ਵੀ ਨਹੀਂ ਮੁੜਿਓ ਸ਼ਬਰ ਆਇਆ, ਸ਼ਰਮ ਆਈ, ਹੈਂ। ਕਿਹੜੇ ਕਿਹੜੇ ਬਲਾਤਕਾਰ ਤੁਸੀਂ ਕਰ ਛੜੇ ਆ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ, ਹੈਂ। ਇੰਨੀ ਅਨਪੜ੍ਹਤਾ ਵਧੀ, ਇੰਨੀ ਮੂਰਖਤਾ ਵਧੀ, ਇੰਨੀ ਹਵਸ਼ ਵਧੀ ਆ ਅੱਜ ਇਹਨਾਂ ਲੋਕਾਂ ਦੀ, ਇਹ ਤਾਂ ਜਾਨਵਰਾਂ ਨੂੰ ਨਹੀਂ ਬਖਸ਼ਦੇ, ਤਾਂ ਤੁਸੀਂ ਕੁੜੀਆਂ ਡਰਨ ਦੀ ਕੀ ਲੋੜ ਆ? ਗੁਰੂ ਘਰ ਦੇ ਵਿੱਚ ਇੰਨੇ ਸਿੰਘ ਸਰਦਾਰ ਆਉਂਦੇ, ਤੁਸੀਂ ਇੱਕ ਦੇ ਨਾਲ ਵੀ ਗੱਲ ਕਰੋ ਵੀ ਕਿ ਵੀਰ ਆ ਮੈਂ ਜਾਂ ਮਰਨ ਵਾਲੀ ਹਾਂ ਅਤੇ ਜਾਂ ਮੇਰੀ ਜ਼ਿੰਦਗੀ ਨੂੰ ਖਤਰਾ 'ਚ ਬਚਾ ਲਓ। ਗੁਰੂ ਨਾਨਕ ਘਰ ਕੀਤੀ ਅਰਦਾਸ, ਵੇਖੋ ਤੁਹਾਡੀ ਬੇਥੀ ਨਹੀਂ ਜਾਂਦੀ, ਉਹ ਮੁੰਡਿਆਂ ਦਾ ਮੂੰਹ ਤੋੜ ਜਵਾਬ ਸਾਲਿਆਂ ਦਾ ਦੇਵਾਂਗੇ, ਜਿਹੜੇ ਮੈਂ ਨਹੀਂ ਜਾਣਦਾ ਦੋ ਦਰਿੰਦੇ ਉਹ ਕੌਣ ਸੀਗੇ, ਉਹ ਕੀ ਮਿਲਿਆ ਤੁਹਾਨੂੰ? ਮਲੇਸ਼ੀਆ ਵਿੱਚ ਅੱਜ ਵੀ ਜਿਹੜੇ ਪੰਜਾਬੀ ਭਰਾ ਵਾ, ਮੈਂ ਬੇਨਤੀ ਉਹਨਾਂ ਨੂੰ ਕਰਦਾ ਵੀ ਜੇ ਤੁਹਾਨੂੰ ਹਜੇ ਵੀ ਕੋਈ ਪ੍ਰੋਬਲਮ ਹੈ ਤਾਂ ਦੱਸੋ, ਸਾਹਮਣੇ ਆਓ, ਮਰਨ ਨਾਲ ਚੰਗਾ ਡਟ ਕੇ ਮੁਕਾਬਲਾ ਕਰੋ। ਕੁੜੀਆਂ ਦੀ ਉੱਥੇ ਵੀਰੋ ਮਲੇਸ਼ੀਆ ਦੇ ਵਿੱਚ ਬਹੁਤ ਮਾੜੇ ਹਾਲਾਤ ਆ, ਦੇਖੋ ਉਹਨਾਂ ਮਾਂ ਪਿਓ ਨੇ ਤੰਗ ਪਰੇਸ਼ਾਨ ਹੋ ਕੇ ਉਸ ਕੁੜੀ ਨੂੰ ਆਪਣੇ ਘਰੋਂ ਭੇਜਿਆ, ਪਰ ਮੌਤ ਨੇ ਉਹਦਾ ਉੱਥੇ ਜਾ ਕੇ ਵੀ ਖਹਿੜਾ ਨਹੀਂ ਛੱਡਿਆ, ਮੌਤ ਨੇ ਲਾਈਵ ਦੁਨੀਆਂ ਨੂੰ ਦਿਖਾ ਦਿੱਤਾ ਕਿ ਆਪਣੀਆਂ ਧੀਆਂ ਬਚਾ ਲਓ, ਸਾਨੂੰ ਫਿਰ ਵੀ ਨਹੀਂ ਆਉਣਾ। ਮੇਰੀਆਂ ਕਿੰਨੀਆਂ ਗਈਆਂ ਗੱਲਾਂ ਜਿਹੜੀਆਂ ਸਿਰਫ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਨਾ ਸਮਝਿਓ, ਇਹ ਮੈਸੇਜ ਆ ਹੱਥ ਨੂੰ ਹੱਥ ਆ। ਕਦੇ ਤਰਸੋਗੇ ਵੀ ਤੁਸੀਂ ਸੜੇ ਮਰੋਗੇ, ਜੋੜੀਆਂ ਰੱਬ ਬਣਾਉਂਦਾ ਪਰ ਖਤਮ ਤੁਸੀਂ ਕਰੀ ਆਉਂਦੇ ਹਾਂ ਮਿੱਤਰੋ, ਖਤਮ ਤੁਸੀਂ ਕਰੀ ਆਉਂਦੇ ਹਾਂ, ਚਿਰਾਗ ਬੁਝਾ ਕੇ ਰਾਸਤਾ ਕਿਸੇ ਦੀ ਰੱਖੜੀ ਖਤਮ ਕਰਤੀ ਹੈ, ਉਹ ਸ਼ਰਮ ਕਰੋ ਥੋੜ੍ਹੀ ਬਹੁਤੀ। ਸੋਸ਼ਲ ਮੀਡੀਆ 'ਤੇ ਕਈਆਂ ਧੀਆਂ ਭੈਣਾਂ ਦੇ ਮਸਲੇ ਹੱਲ ਵੀ ਹੋਏ ਆ,
ਪਰ ਸਾਹਮਣੇ ਆਓ, ਸਾਹਮਣੇ ਆਓ। ਹੁਣ ਵੇਖੋ, ਕਿਸੇ ਦੀ ਇਕੱਲੀ ਇਕੱਲੀ ਵੀ ਧੀ ਹੋ ਸਕਦੀ ਆ, ਕਿਸੇ ਨੇ ਰੱਬ ਕੋਲ ਮੰਗੀ ਵੀ ਧੀ ਹੋ ਸਕਦੀ ਆ। ਹੈਂ, ਜਦੋਂ ਤੁਹਾਡੀ ਧੀ ਭੈਣ ਡੋਲੀ ਚੜ੍ਹਦੀ, ਕਿਉਂ ਭੱਬਾ ਮਾਰ ਕੇ ਕੰਜਰੋਂ ਰੋਂਦੇ ਹੋ ਤੁਸੀਂ? ਹੈ ਨਾ, ਕਿੰਨਾ ਦੁੱਖ ਲੱਗਦਾ, ਸਾਡਾ ਵਿਹੜਾ ਖਾਲੀ ਹੋ ਗਿਆ। ਧੀ ਦੇ ਨਾਲ ਸੰਸਾਰ ਚੱਲਦਾ। ਬੜੇ ਕਲਾਕਾਰਾਂ ਨੇ ਧੀਆਂ ਭੈਣਾਂ ਦੇ ਗਾਣਾ ਬੋਲੇ ਆ, ਅੱਜ ਕਿੱਥੇ ਗਏ? ਸਟੇਜਾਂ 'ਤੇ ਪ੍ਰਚਾਰ ਕਰਨ ਵਾਲੇ ਕਿਉਂ ਨਹੀਂ ਬੋਲਦੇ? ਅੱਜ ਕਿੱਥੇ ਗਏ ਆ ਪੰਜਾਬੀ ਸਿੰਗਰ? ਇਹਨਾਂ ਕੁੜੀਆਂ ਦੀਆਂ ਮੌਤਾਂ 'ਤੇ ਕਿਉਂ ਨਹੀਂ ਬੋਲਦੇ ਤੁਸੀਂ? ਸਿਰਫ ਤੇ ਸਿਰਫ ਹਰ ਬੰਦੇ ਦੀ ਜੇਬ ਗਰਮ ਚਾਹੀਦੀ ਆ। ਅਸੀਂ ਜਿਹੜੇ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਂਦੇ, ਸਾਨੂੰ ਕੀ ਮਿਲਦਾ? ਜਾਂ ਅਸੀਂ ਕਿਉਂ ਸਿਰਖ ਪਾਉਂਦੇ ਹਾਂ, ਕਿਉਂ ਖੋਪੜ ਆਪਣਾ ਹਿਲਾਉਂਦੇ ਹਾਂ? ਜਾਗੋ ਪੰਜਾਬੀਓ। ਜੇ ਮੈਂ ਇੱਕ ਗੱਲ ਕਹਿੰਦਾ, ਅੱਜ ਉਹ ਕੁੜੀ ਪੂਰੀ ਹੋਈ ਦੋ ਦਰਿੰਦਿਆਂ ਕਰਕੇ, ਅਤੇ ਕਿੰਨੇ ਪੰਜਾਬੀਆਂ ਨੇ ਵਾਹਿਗੁਰੂ ਵਾਹਿਗੁਰੂ ਵੀਡੀਓ ਦੇ ਵਿੱਚ ਲਿਖਤਾ ਹੋਣਾ, ਉਹਦੀ 'ਤੇ ਫੋਟੋ 'ਤੇ ਲਿਖਤਾ ਹੋਣਾ ਕਿ ਆਤਮਾ ਨੂੰ ਸ਼ਾਂਤੀ ਨਹੀਂ? ਉਹਦੀ ਆਤਮਾ ਨੂੰ ਸ਼ਾਂਤੀ ਆਊਗੀ? ਉਹਦੀ ਆਤਮਾ ਨੂੰ ਕਿੰਨਾ ਸ਼ਾਂਤੀ ਆਊਗੀ ਜਿਹੜੀ ਤੜਫ ਤੜਫ ਕੇ ਮਰੀ ਆ? ਉਹ ਮਰੀ ਅੱਜ ਨਹੀਂ ਦੋਸਤੋ, ਅੱਜ ਸਿਰਫ ਉਹਦਾ ਜਿਹੜਾ ਸਰੀਰ ਖਤਮ ਹੋਇਆ, ਮਰੀ ਉਸ ਦਿਨ ਤੋਂ ਜਦੋਂ ਜਹਾਜ਼ੇ ਚੜ੍ਹ ਗਈ ਮਲੇਸ਼ੀਆ ਦੇ, ਜਹਾਜ਼ੇ ਚੜ੍ਹ ਗਏ ਮਲੇਸ਼ੀਆ ਦੇ। ਕਹਿੰਦੀ ਧੀ ਭੈਣ ਮਰੇ, ਸਾਨੂੰ ਕੀ ਪੰਜਾਬੀਓ, ਸਾਨੂੰ ਕੀ? ਇੰਜੋਏ ਕਰੋ, ਪਾਰਟੀਆਂ ਕਰੋ, ਜਨਮ ਦਿਨ ਮਨਾਓ, ਭੰਗੜੇ ਪਾਓ, ਤੁਹਾਡੀ ਜ਼ਿੰਦਗੀ ਤੁਸੀਂ ਇੰਜੋਏ ਕਰਨਾ। ਪਰ ਇੰਜੋਏ ਉਦੋਂ ਤੁਹਾਡਾ ਮੁੱਕੂਗਾ ਜਦੋਂ ਤੁਹਾਡੇ ਰਿਸ਼ਤੇਦਾਰਾਂ ਵਿੱਚ, ਤੁਹਾਡੇ ਆਪਣੇ ਘਰ ਵਿੱਚ ਇਹ ਅੱਗ ਆਊਗੀ। ਅੱਜ ਇਹ ਅੱਗ ਆਊਗੀ। ਮੈਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ, ਇਹ ਜਿੰਨੇ ਵਿਹਲੜ ਲਫੰਡੜ ਆ ਨਾ, ਜਿਹੜੇ ਇਹੋ ਜਿਹੇ ਕੰਮ ਕਰਦੇ ਆ, ਨਾ ਯਕੀਨ ਕਰੋ, ਨਾ ਸੱਦੇ ਥਾਵਾਂ 'ਤੇ ਇਹਨਾਂ ਕੋਲ ਇਹਨਾਂ ਨੂੰ ਮਿਲਣ ਜਾਓ, ਉਹ ਨਾ ਇਹਨਾਂ ਨੂੰ ਗਿਫਟ ਭੇਜੋ। ਤੁਹਾਡੇ ਮਾਂ ਪਿਓ ਨੇ ਤੁਹਾਡੇ ਰਿਸ਼ਤੇ ਵਾਸਤੇ ਵਧੀਆ ਮੁੰਡਾ ਵੀ ਚੁਣਨਾ, ਰੱਬ ਨੇ ਪਹਿਲਾਂ ਤੁਹਾਡੀ ਕਿਸਮਤ ਵਿੱਚ ਉਦੋਂ ਵੀ ਚੰਗਾ ਲਿਖਿਆ ਹੋਊਗਾ। ਤੁਹਾਡੇ ਗਲਾਂ ਵਿੱਚ ਰੱਸੀਆਂ ਪਾ ਕੇ ਅੱਗਾਂ ਨਾਲ ਸਾੜ ਕੇ ਤੁਹਾਨੂੰ ਮਾਰਦੇ ਆ, ਸਬਕ ਤੁਸੀਂ ਕਦੋਂ ਲਵੋਗੀਆਂ? ਪਰ ਜੇ ਵਾਕਿਆ ਹੀ, ਚਲੋ ਠੀਕ ਆ ਵੀ ਇਨਸਾਨ ਨੂੰ ਹੱਕ ਆ ਜੀਣ ਦਾ, ਵਾਕਿਆ ਜੇ ਤੁਸੀਂ ਕਈ ਵਾਰ ਹੁੰਦਾ ਵੀ ਜੇ ਤੁਸੀਂ ਫਸੀਆਂ ਵਾ ਜਾਂ ਕੋਈ ਤੁਹਾਡੇ ਨਾਲ ਬਹੁਤ ਵੱਡੀ ਪ੍ਰੋਬਲਮ ਹੋ ਚੁੱਕੀ, ਤੁਸੀਂ ਦੱਸ ਨਹੀਂ ਸਕਦੀਆਂ, ਪਰ ਜ਼ਰੂਰ ਮੈਨੂੰ ਕੋਸ਼ਿਸ਼ ਕਰਿਓ। ਮੈਂ ਤੁਹਾਡਾ ਲਾਲੀ ਵੀਰ ਬਟਾਲੇ ਵਾਲਾ ਵਾਂ, ਜਿੰਨੇ ਜੋਗਾ ਹੋਊਗਾ ਵਾਅਦਾ ਕਰਦਾ ਕਿ ਤੁਹਾਡੀ ਮਦਦ ਕਰੂੰਗਾ, ਭਾਵੇਂ ਆਪ ਵੱਢ ਟੁੱਕ ਜਾਵਾਂ, ਸੱਟਾਂ ਪਿੱਟਾਂ ਲਵਾ ਲਾਂ, ਪਰ ਇੱਕ ਗੱਲ ਕਹੂੰਗਾ ਵੀ ਆਪਣੇ ਭਰਾਵਾਂ ਨੂੰ ਜ਼ਰੂਰ ਨਾਲ ਲੈ ਕੇ ਕਦੇ ਨਾ ਕਦੇ ਟਾਕਰਾ ਕਰਾਂਗਾ। ਪਰ ਮਰਨ ਦੀ ਕੋਈ ਲੋੜ ਨਹੀਂ ਭੈਣ, ਮਰਨ ਦੀ ਕਿਉਂ? ਤੁਸੀਂ ਸਮਾਜ ਨੂੰ ਗੰਦਾ ਕਰਦੀਆਂ। ਇਹ ਖਬਰ ਇਕੱਲੀ ਸਾਡੇ ਪੰਜਾਬੀਆਂ ਵਾਸਤੇ ਨਹੀਂ ਰਹਿ ਜਾਣੀ। ਪਾਕਿਸਤਾਨ ਸਾਡੀ ਲੈਂਗੁਏਜ ਸਮਝਦੇ ਆ, ਬੰਗਾਲੀ ਸਮਝਦੇ ਆ, ਨੇਪਾਲੀ ਸਮਝਦੇ ਆ, ਅਫਗਾਨੀ ਸਮਝਦੇ ਆ, ਇੱਥੋਂ ਤੱਕ ਕਿ ਮਲੇਸ਼ੀਆ ਵਿੱਚ ਵੀ ਸੋਗ ਪੈ ਜਾਣਾ। ਮਲੇਸ਼ੀਆ ਸਰਕਾਰ ਨੂੰ ਪਤਾ ਲੱਗੂ ਵੀ ਸਾਡੇ ਪੰਜਾਬੀ ਮੁੰਡੇ ਕਿੰਨੇ ਕੁ ਦਰਿੰਦੇ ਆ। ਜਦੋਂ ਵੀਰਿਓ ਇੱਕ ਗੱਲ ਯਾਦ ਰੱਖੋ, ਜਹਾਜ਼ ਪਾਕਿਸਤਾਨ ਤੋਂ ਜਾਂ ਹਿੰਦੁਸਤਾਨ ਤੋਂ ਉੱਡ ਜਾਂਦਾ ਨਾ, ਬਾਕੀ ਸਾਰੀਆਂ ਕੰਟਰੀਆਂ ਵਿੱਚ ਸ਼ਾਂਤੀ ਆ, ਕੋਈ ਵੀ ਕਿਸੇ ਧੀ ਭੈਣ ਨੂੰ ਤੰਗ ਨਹੀਂ ਕਰਦਾ। ਯੂਰਪ ਵਿੱਚ ਰਹਿੰਦੇ ਬਹੁਤ ਸਾਰੇ ਮੇਰੇ ਨਾਲ ਵੀਰ ਜੁੜੇ ਆ, ਕੋਈ ਜਰਮਨ ਵਾਲਾ ਦੱਸਦੇ ਕਿ ਇੱਥੇ ਬਾਈ ਕਿਸੇ ਕੁੜੀ ਨੇ ਆਪ ਤੰਗ ਹੋ ਕੇ ਫਾਂਸੀ ਲਈ ਹੋਵੇ, ਉਹ ਕੁੜੀਆਂ ਤਾਂ ਨੱਕ ਥਾਣੀ ਨਕੇਲ ਲੰਘਾਉਂਦੀਆਂ ਜੇ ਕੋਈ ਮੁੰਡਾ ਦੋਹਰੇ ਵਾਰ ਵੀ ਕੋਈ ਗੱਲ ਕਹਿ ਜੇ। ਪਰ ਸਾਡੇ ਵਾਲੀਆਂ ਭੈਣਾਂ ਬਹੁਤ ਭੋਲੀਆਂ, ਕਦੋਂ ਇਹ ਜਾਗਣਗੀਆਂ? ਬਹੁਤ ਜ਼ਿਆਦਾ ਵੀਰੋ ਇਸ ਟਾਈਮ ਮਨ 'ਚ ਗੁੱਸਾ ਵਾ ਕਿ ਬਹੁਤ ਮੰਦਭਾਗੀ ਖਬਰ ਆ, ਇੱਕ ਸਾਡੀ ਭੈਣ ਇਸ ਕਾਇਨਾਤ ਨੂੰ ਅਲਵਿਦਾ ਕਹਿ ਗਈ। ਉਹਦੀ ਜਾਣ ਦੀ ਕੋਈ ਉਮਰ ਨਹੀਂ, 22 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ, ਉਹ ਆਪਣੀ ਖੁਸ਼ੀ ਨਾਲ ਹੀ ਗਈ, ਉਹ ਦੁਖੀ ਗਈ ਆ। ਤੁਹਾਨੂੰ ਇੱਕ ਮੈਸੇਜ ਦੇ ਕੇ ਗਈ ਆ ਕਿ ਮੇਰੇ ਤੋਂ ਬਾਅਦ ਕੋਈ ਹੋਰ ਕੁੜੀ ਫਾਂਸੀ ਨਾ ਲਵੇ।
ਵੀਡੀਓ ਨੂੰ ਅੱਗ ਵਾਂਗੂ ਸ਼ੇਅਰ ਕਰ ਦਿਓ। ਇਹ ਭੈਣਾਂ ਆਪਸ ਵਿੱਚ ਮੈਸੇਜ ਨੂੰ ਜ਼ਰੂਰ ਇੱਕ ਦੂਜੇ ਨਾਲ ਸਾਹਮਣਾ ਕਰਿਓ ਕਿ ਪਤਾ ਲੱਗ ਸਕੇ ਵੀ ਤੁਸੀਂ ਤੁਹਾਡੇ ਵਿੱਚ ਕਿੰਨੀ ਤਾਕਤ ਆ, ਤੁਸੀਂ ਕੀ ਕਰ ਸਕਦੀਆਂ। ਪੁਲਿਸ ਵਿੱਚ ਵੀ ਤੁਸੀਂ ਹੈਗੀਆਂ, ਅਫਸਰਾਂ ਵੀ ਹੈਗੀਆਂ ਵਾ, ਜਿੱਥੇ ਤੁਹਾਨੂੰ ਮਦਦ ਦੀ ਲੋੜ ਆ। ਮੈਂ 5-4 ਤਰੀਕੇ ਦੱਸੇ ਵੀ ਹੈਗੇ, ਚਲੋ ਸਾਰੀ ਵੀਡੀਓ ਸੁਣ ਲਿਓ। ਅਤੇ ਜੇ ਸਾਡੀ ਸੋਸ਼ਲ ਮੀਡੀਆ 'ਤੇ ਵੀ ਲੋੜ ਆ ਨਾ, 24 ਘੰਟੇ ਤੁਹਾਡੇ ਵਾਸਤੇ ਦਰਵਾਜ਼ੇ ਖੁੱਲ੍ਹੇ ਆ। ਸਾਹਮਣੇ ਨਾ ਆਓ, ਇਨਬੋਕਸ ਵਿੱਚ ਮੈਸੇਜ ਕਰ ਦਿਓ। ਅਤੇ ਸਾਡੇ ਕੋਲ ਪਹਿਲਾਂ ਵੀ ਮੈਸੇਜ ਪਏ ਆ, ਹੌਲੀ ਹੌਲੀ ਕਈ ਮਸਲੇ ਅਸੀਂ ਸੁਧਾਰੇ ਵੀ ਆ। ਓਪਨ ਨਹੀਂ ਕਰਨਾ ਚਾਹੁੰਦੇ ਪਰ ਤੁਹਾਡੇ ਨਾਲ ਵੀ ਅਸੀਂ ਸਹਿਮਤ ਹਾਂ। ਇਹਦੇ ਨਾਲ ਮੈਂ ਆਪਣੀ ਵੀਡੀਓ ਖਤਮ ਕਰਦਾ। ਮੈਂ ਤੁਹਾਡਾ ਆਪਣਾ ਲਾਲੀਵੀਰ ਬਟਾਲੇ ਵਾਲਾ, ਧੰਨਵਾਦ, ਸਤਿ ਸ਼੍ਰੀ ਅਕਾਲ, ਬਿਆਨ ਆਸਟਰੀਆ ਤੋਂ।